ਓਮ ਸ਼ਾਂਤੀ। ਅੱਜ 1/3/2024 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਅਵਿਨਾਸ਼ੀ ਗਿਆਨ ਰਤਨ ਤੁਹਾਨੂੰ ਰਾਵ ਮਨ ਰਾਜਾ ਬਣਾਉਂਦੇ ਹੈ। ਇਹ ਬੇਹਦ ਦਾ ਸਕੂਲ ਹੈ, ਤੁਸੀਂ ਪੜ੍ਹਨਾ ਅਤੇ ਪੜ੍ਹਾਉਣਾ ਹੈ, ਗਿਆਨ ਰਤਨਾਂ ਨਾਲ ਝੋਲੀ ਭਰਨੀ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਕਿਹੜੇ ਬੱਚੇ ਸਭ ਨੂੰ ਪਿਆਰੇ ਲੱਗਦੇ ਹੈ, ਉੱਚ ਪਦ ਦੇ ਲਈ ਕਿਹੜਾ ਪੁਰਸ਼ਾਰਥ ਦੀ ਲੋੜ ਹੈ? ਅੱਜ ਬਾਬਾ ਦਾ ਉੱਤਰ ਹੈ, ਜਿਹੜੇ ਬੱਚੇ ਆਪਣੀ ਝੋਲੀ ਭਰ ਕੇ ਬੋਤਿਆਂ ਨੂੰ ਦਾਨ ਕਰਦੇ ਹੈ, ਉਹ ਸਭ ਨੂੰ ਪਿਆਰੇ ਲੱਗਦੇ ਹੈ। ਉੱਚ ਪਦ ਦੇ ਲਈ ਬਹੁਤਿਆਂ ਦੀ ਆਸ਼ੀਰਵਾਦ ਚਾਹੀਦੀ ਹੈ। ਇਸ ਵਿੱਚ ਧਨ ਦੀ ਗੱਲ ਨਹੀਂ ਹੈ, ਲੇਕਿਨ ਗਿਆਨ ਨਾਲ ਅਨੇਕਾਂ ਦਾ ਕਲਿਆਣ ਕਰਦੇ ਰਹੋ। ਖੁਸ਼ ਮਿਜ਼ਾਜ ਅਤੇ ਜੋਗੀ ਬੱਚੇ ਹੀ ਬਾਪ ਦਾ ਨਾਮ ਕੱਢਦੇ ਹੈ। ਓਮ ਸ਼ਾਂਤੀ। ਰੂਹਾਨੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹੈ। ਬੱਚੇ ਜਾਣਦੇ ਹੈ, ਹੁਣ ਸਾਨੂੰ ਵਾਪਿਸ ਘਰ ਜਾਣਾ ਹੈ। ਅੱਗੇ ਬਿਲਕੁਲ ਨਹੀਂ ਜਾਣਦੇ ਸੀ। ਬਾਪ ਬੱਚਿਆਂ ਨੂੰ ਸਮਝਾਉਂਦੇ ਹੈ। ਇਹਨਾਂ ਦਾ ਸਮਝਾਉਣਾ ਵੀ ਡਰਾਮਾ ਅਨੁਸਾਰ ਹੁਣ ਰਾਈਟ ਦੇਖਣ ਵਿੱਚ ਆਉਂਦਾ ਹੈ। ਹੋਰ ਕੋਈ ਸਮਝਾ ਨਹੀਂ ਸਕਦਾ। ਹੁਣ ਅਸੀਂ ਵਾਪਿਸ ਜਾਣਾ ਹੈ। ਆ ਪਵਿੱਤਰ ਕੋਈ ਵਾਪਿਸ ਜਾ ਨਹੀਂ ਸਕਦਾ ਹੈ। ਇਹ ਗਿਆਨ ਵੀ ਇਸ ਵੇਲੇ ਹੀ ਮਿਲਦਾ ਹੈ ਅਤੇ ਇੱਕ ਬਾਪ ਹੀ ਦਿੰਦੇ ਹੈ। ਪਹਿਲੇ ਤਾਂ ਇਹ ਯਾਦ ਕਰਨਾ ਹੈ ਕਿ ਅਸੀਂ ਵਾਪਿਸ ਜਾਣਾ ਹੈ। ਬਾਬਾ ਨੂੰ ਬੁਲਾਉਂਦੇ ਹੈ, ਪਤਾ ਕੁਛ ਵੀ ਨਹੀਂ ਸੀ। ਅਚਾਨਕ ਜਦੋਂ ਸਮੇਂ ਆਇਆ ਤਾਂ ਬਾਬਾ ਆ ਗਿਆ। ਹੁਣ ਨਵੀਆਂ ਨਵੀਆਂ ਗੱਲਾਂ ਸਮਝਾਉਂਦੇ ਰਹਿੰਦੇ ਹੈ। ਬੱਚੇ ਜਾਂਦੇ ਹੈ, ਹੁਣ ਅਸੀਂ ਵਾਪਿਸ ਘਰ ਜਾਣਾ ਹੈ। ਇਸ ਲਈ ਹੁਣ ਪਾਤੇ ਤੋਂ ਪਾਵਨ ਹੋਣਾ ਹੈ, ਨਹੀਂ ਤਾਂ ਸਜ਼ਾ ਖਾਣੀ ਪਵੇਗੀ ਅਤੇ ਪਦਵੀ ਭ੍ਰਸ਼ਟ ਹੋ ਜਾਵੇਗਾ। ਇੰਨਾ ਫਰਕ ਹੈ ਜਿਵੇਂ ਇੱਥੇ ਰਾਵ ਅਤੇ ਰੰਕ, ਉਵੇਂ ਉੱਥੇ ਵੀ ਰਾਵ ਅਤੇ ਰੰਕ ਬਣਦੇ ਹੈ। ਸਾਰਾ ਮਦਾਰ ਪੁਰਸ਼ਾਰਥ 'ਤੇ ਹੈ। ਹੁਣ ਬਾਪ ਕਹਿੰਦੇ ਹੈ, ਤੁਸੀਂ ਖੁਦ ਹੀ ਪਾਤਿਤ ਸੀ ਫਿਰ, ਇਸ ਲਈ ਤਾਂ ਬੁਲਾਉਂਦੇ ਸੀ। ਇਹ ਵੀ ਹੁਣ ਤੁਹਾਨੂੰ ਸਮਝਾਉਂਦੇ ਹੈ, ਅਗਿਆਨ ਕਾਲ ਵਿੱਚ ਇਹ ਬੁੱਧੀ ਵਿੱਚ ਨਹੀਂ ਰਹਿੰਦਾ ਹੈ। ਬਾਪ ਕਹਿੰਦੇ ਹੈ, ਆਤਮਾ ਜੋ ਤਮੋ ਪ੍ਰਧਾਨ ਬਣੀ ਹੈ, ਉਸਨੂੰ ਹੁਣ ਸਤੋ ਪ੍ਰਧਾਨ ਬਣਨਾ ਹੈ। ਹੁਣ ਸਤੋ ਪ੍ਰਧਾਨ ਬਣੇ ਕਿਵੇਂ, ਇਹ ਵੀ ਸੀੜੀ ਪੌੜੀ 'ਤੇ ਸਮਝਾਇਆ ਹੈ। ਇਸ ਦੇ ਨਾਲ ਨਾਲ ਦੈਵੀ ਗੁਣ ਵੀ ਧਾਰਨ ਕਰਨੇ ਹੈ। ਇਹ ਹੈ ਬੇਹਦ ਦਾ ਸਕੂਲ। ਸਕੂਲ ਵਿੱਚ ਰਜਿਸਟਰ ਰੱਖਦੇ ਹੈ ਗੁੱਡ ਬੈਟਰ ਵੈਸਟ ਦਾ। ਜਿਹੜੇ ਸਰਵਿਸ ਵੱਲ ਬੱਚੇ ਹੈ ਉਹ ਬੜੇ ਮਿੱਠੇ ਹੈ, ਉਹਨਾਂ ਦਾ ਰਜਿਸਟਰ ਵਧੀਆ ਹੈ। ਜੇਕਰ ਰਜਿਸਟਰ ਚੰਗਾ ਨਹੀਂ ਤਾਂ ਉਹ ਉਛਲਦੇ ਨਹੀਂ ਹੈ। ਸਾਰਾ ਮਦਾਰ ਹੈ ਪੜ੍ਹਾਈ 'ਤੇ, ਯੋਗ ਅਤੇ ਦੈਵੀ ਗੁਣਾਂ 'ਤੇ। ਬੱਚੇ ਜਾਣਦੇ ਹੈ, ਬੇਹਦ ਦਾ ਬਾਪ ਸਾਨੂੰ ਪੜ੍ਹਾਉਂਦੇ ਹੈ। ਪਹਿਲੇ ਅਸੀਂ ਸ਼ੂਦਰ ਵਰਣ ਦੇ ਸੀ, ਹੁਣ ਬ੍ਰਾਹਮਣ ਵਰਣ ਦੇ ਹਾਂ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਅਸੀਂ ਬ੍ਰਾਹਮਣ ਹਾਂ। ਇਹ ਤਾਂ ਬਹੁਤਿਆਂ ਨੂੰ ਭੁੱਲ ਜਾਂਦਾ ਹੈ। ਜਦਕਿ ਤੁਸੀਂ ਬਾਪ ਨੂੰ ਯਾਦ ਕਰਦੇ ਹੋ ਤਾਂ ਬ੍ਰਹਮਾ ਨੂੰ ਵੀ ਯਾਦ ਕਰਨਾ ਪਏ। ਅਸੀਂ ਬ੍ਰਾਹਮਣ ਕੁਲ ਦੇ ਹਾਂ, ਇਹ ਵੀ ਨਸ਼ਾ ਚੜ੍ਹੇ। ਭੁੱਲ ਜਾਂਦੇ ਤਾਂ ਨਸ਼ਾ ਨਹੀਂ ਚੜ੍ਹਦਾ ਹੈ ਕਿ ਅਸੀਂ ਬ੍ਰਾਹਮਣ ਕੁਲ ਦੇ ਹਾਂ, ਫਿਰ ਦੇਵਤਾ ਕੁਲ ਦੇ ਬਣਾਂਗੇ। ਬ੍ਰਾਹਮਣ ਕੁਲ ਕਿਸਨੇ ਬਣਾਇਆ? ਬ੍ਰਹਮਾ ਦੁਆਰਾ ਮੈਂ ਤੁਹਾਨੂੰ ਬ੍ਰਾਹਮਣ ਕੁਲ ਵਿੱਚ ਲੈ ਜਾਂਦਾ ਹਾਂ। ਬ੍ਰਾਹਮਣਾਂ ਦੀ ਇਹ ਡਾਇਨੈਸਟੀ ਨਹੀਂ ਹੈ, ਛੋਟਾ ਜਿਹਾ ਕੁਲ ਹੈ। ਆਪਣੇ ਨੂੰ ਹੁਣ ਬ੍ਰਾਹਮਣ ਸਮਝੋਗੇ ਫਿਰ ਤਾਂ ਦੇਵਤਾ ਬਣੋਗੇ। ਆਪਣੇ ਧੰਦੇ ਵਿੱਚ ਲੱਗ ਜਾਣ ਨਾਲ ਸਭ ਕੁਛ ਭੁੱਲ ਜਾਂਦੇ ਹੈ, ਬ੍ਰਾਹਮਣਪਨ ਵੀ ਭੁੱਲ ਜਾਂਦਾ ਹੈ। ਧੰਦੇ ਤੋਂ ਫਾਰਿਗ ਹੋਏ ਤਾਂ ਫਿਰ ਪੁਰਸ਼ਾਰਥ ਕਰਨਾ ਚਾਹੀਦਾ ਹੈ। ਕਿਸੇ ਕਿਸੇ ਨੂੰ ਧੰਦੇ ਵਿੱਚ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਕੰਮ ਪੂਰਾ ਹੋਇਆ ਫਿਰ ਆਪਣੀ ਗੱਲ ਯਾਦ ਵਿੱਚ ਬੈਠ ਜਾਓ, ਤੁਹਾਡੇ ਕੋਲ ਬੈਚ ਬੜਾ ਵਧੀਆ ਹੈ।
ਇਸ ਵਿੱਚ ਲਕਸ਼ਮੀ ਨਾਰਾਇਣ ਦਾ ਚਿੱਤਰ ਵੀ ਹੈ ਅਤੇ ਤ੍ਰਿਮੂਰਤੀ ਦਾ ਵੀ ਹੈ। ਬਾਬਾ ਸਾਨੂੰ ਇਵੇਂ ਦਾ ਬਣਾਉਂਦੇ ਹੈ, ਬਸ ਇਹੀ ਮਨਮਨਾ ਭਾਵ ਹੈ। ਕਿਸੇ ਨੂੰ ਆਦਤ ਪੈ ਜਾਂਦੀ ਹੈ, ਕਿਸੇ ਨੂੰ ਨਹੀਂ ਪੈਂਦੀ ਹੈ। ਭਗਤੀ ਤਾਂ ਹੁਣ ਪੂਰੀ ਹੋਈ ਹੈ, ਹੁਣ ਬਾਪ ਨੂੰ ਯਾਦ ਕਰਨਾ ਹੈ। ਹੁਣ ਬੇਹਦ ਦਾ ਬਾਪ ਤੁਹਾਨੂੰ ਬੇਹਦ ਦਾ ਵਰਸਾ ਦਿੰਦੇ ਹੈ ਤਾਂ ਖੁਸ਼ੀ ਹੁੰਦੀ ਹੈ। ਕਿਸੇ ਨੂੰ ਚੰਗੀ ਲਗਨ ਲੱਗ ਜਾਂਦੀ ਹੈ, ਕਿਸੇ ਨੂੰ ਘੱਟ ਹੈ, ਬੜਾ ਸੌਖਾ। ਗੀਤਾ 'ਤੇ ਆਦੀ ਅਤੇ ਅੰਤ ਦੇ ਅੱਖਰ ਹੈ ਮਨਮਨਾ ਭਵ। ਇਹ ਹੁਣ ਹੀ ਗੀਤਾ ਐਪੀਸੋਡ ਹੈ। ਸਿਰਫ ਸ਼੍ਰੀ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਭਗਤੀ ਮਾਰਗ ਵਿੱਚ ਵੀ ਜੋ ਦ੍ਰਿਸ਼ਟਾਂਤ ਆਦਿ ਹੈ ਉਹ ਸਾਰੇ ਇਸ ਵੇਲੇ ਦੇ ਹੈ। ਭਗਤੀ ਮਾਰਗ ਵਿੱਚ ਕੋਈ ਇਸ ਤਰ੍ਹਾਂ ਨਹੀਂ ਕਹੇਗਾ ਕਿ ਦੇਹ ਦਾ ਭਾਣ ਛੱਡੋ, ਆਪਣੇ ਨੂੰ ਆਤਮਾ ਸਮਝੋ। ਇੱਥੇ ਤੁਹਾਨੂੰ ਇਹ ਸਿੱਖਿਆ ਬਾਪ ਆਉਂਦੇ ਹੀ ਦਿੰਦੇ ਹੈ। ਇਹ ਨਿਸ਼ਚੈ ਹੈ, ਦੇਵੀ ਦੇਵਤਾ ਧਰਮ ਦੀ ਸਥਾਪਨਾ ਸਾਡੇ ਦੁਆਰਾ ਹੋ ਰਹੀ ਹੈ, ਰਾਜਧਾਨੀ ਵੀ ਸਥਾਪਨ ਹੋ ਰਹੀ ਹੈ। ਇਸ ਵਿੱਚ ਲੜਾਈ ਆਦਿ ਦੀ ਗੱਲ ਨਹੀਂ ਹੈ। ਬਾਪ ਹੁਣ ਤੁਹਾਨੂੰ ਪਵਿੱਤਰਤਾ ਸਿਖਾਉਂਦੇ ਹੈ, ਉਹ ਵੀ ਆਦਾ ਕਲਪ ਕਾਇਮ ਰਹੇਗੀ। ਉੱਥੇ ਰਾਵਣ ਰਾਜ ਨਹੀਂ, ਵਿਕਾਰਾਂ ਦੇ ਤੁਸੀਂ ਹੁਣ ਜਿੱਤ ਪਾ ਰਹੇ ਹੋ, ਇਹ ਤੁਸੀਂ ਜਾਣਦੇ ਹੋ। ਅਸੀਂ ਹੂ ਬਹੂ ਕਲਪ ਪਹਿਲੇ ਵਾਂਗ ਰਾਜਧਾਨੀ ਸਥਾਪਨ ਕੀਤੀ ਸੀ, ਹੁਣ ਕਰ ਰਹੇ ਹਾਂ। ਸਾਡੇ ਲਈ ਇਹ ਪੁਰਾਣੀ ਦੁਨੀਆ ਖਤਮ ਹੋਣ ਵਾਲੀ ਹੈ। ਡਰਾਮੇ ਦਾ ਚੱਕਰ ਫਿਰਦਾ ਰਹਿੰਦਾ ਹੈ, ਉੱਥੇ ਸੋਨਾ ਹੀ ਸੋਨਾ ਹੋਵੇਗਾ, ਜੋ ਸੀ ਉਹ ਫਿਰ ਹੋਵੇਗਾ। ਇਸ ਵਿੱਚ ਮੁੰਝਣ ਦੀ ਗੱਲ ਨਹੀਂ ਹੈ। ਮਾਇਆ ਮਛੰਦਰ ਦਾ ਖੇਡ ਦਿਖਾਉਂਦੇ ਹੈ, ਧਿਆਨ ਵਿੱਚ ਸੋਨੇ ਦੀਆਂ ਇੱਟਾਂ ਦੇਖੀਆਂ। ਤੁਸੀਂ ਵੀ ਬੇਕੁੰਡ ਵਿੱਚ ਸੋਨੇ ਦੇ ਮਹਿਲ ਦੇਖਦੇ ਹੋ, ਉੱਥੇ ਦੀਆਂ ਚੀਜ਼ਾਂ ਤੁਸੀਂ ਇੱਥੇ ਨਹੀਂ ਲੈ ਕੇ ਆ ਸਕਦੇ ਹੋ। ਇਹ ਹੈ ਸਾਕਸ਼ਤਕਾਰ। ਭਗਤੀ ਵਿੱਚ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ ਸੀ। ਹੁਣ ਬਾਪ ਕਹਿੰਦੇ ਹੈ, ਮੈਂ ਆਇਆ ਹਾਂ ਤੁਹਾਨੂੰ ਲੈ ਕੇ ਜਾਣ ਦੇ ਲਈ। ਤੁਹਾਡੇ ਬਗੈਰ ਬੇਆਰਾਮੀ ਹੁੰਦੀ ਹੈ, ਜਦੋਂ ਸਮੇਂ ਆ ਜਾਂਦਾ ਹੈ ਤਾਂ ਸਾਨੂੰ ਬੇਆਰਾਮੀ ਹੋ ਜਾਂਦੀ ਹੈ। ਬਸ ਜਾਵਾਂ, ਬੱਚੇ ਬੜੇ ਦੁਖੀ ਹੈ, ਬੁਲਾਉਂਦੇ ਹੈ, ਤਰਸ ਆਉਂਦਾ ਹੈ, ਬਸ ਜਾਓ। ਡਰਾਮੇ ਵਿੱਚ ਜਦੋਂ ਸਮੇਂ ਆਉਂਦਾ ਹੈ ਤਾਂ ਖਿਆਲ ਹੁੰਦਾ ਹੈ, ਬਸ ਜਾਵਾਂ। ਨਾਟਕ ਦਿਖਾਉਂਦੇ ਹੈ ਵਿਸ਼ਨੂੰ ਅਵਤਾਰ, ਪਰ ਵਿਸ਼ਨੂੰ ਅਵਤਾਰ ਤਾਂ ਹੁੰਦਾ ਨਹੀਂ ਹੈ। ਦਿਨ ਪ੍ਰਤੀ ਦਿਨ ਮਨੁੱਖਾਂ ਦੀ ਬੁੱਧੀ ਖਤਮ ਹੁੰਦੀ ਜਾਂਦੀ ਹੈ, ਕੁਛ ਸਮਝ ਵਿੱਚ ਨਹੀਂ ਆਉਂਦਾ ਹੈ। ਆਤਮਾ ਪਾਤਿਤ ਬਣ ਜਾਂਦੀ ਹੈ। ਹੁਣ ਬਾਪ ਕਹਿੰਦੇ ਹੈ, ਬੱਚੇ ਪਾਵਨ ਬਣੋ ਤਾਂ ਰਾਮ ਰਾਜ ਹੋਵੇ। ਰਾਮ ਨੂੰ ਜਾਣਦੇ ਨਹੀਂ ਹੈ। ਸ਼ਿਵ ਦੀ ਜੋ ਪੂਜਾ ਕੀਤੀ ਜਾਂਦੀ ਹੈ ਉਸਨੂੰ ਰਾਮ ਨਹੀਂ ਕਹਾਂਗੇ। ਸ਼ਿਵ ਬਾਬਾ ਕਹਿਣਾ ਸ਼ੋਭਦਾ ਹੈ। ਭਗਤੀ ਵਿੱਚ ਕੋਈ ਰਸਮ ਨਹੀਂ ਹੈ, ਤੁਹਾਨੂੰ ਹੁਣ ਰਸ ਆਉਂਦਾ ਹੈ। ਬਾਪ ਖੁਦ ਕਹਿੰਦੇ ਹੈ, ਮਿੱਠੇ ਬੱਚੇ ਮੈਂ ਤੁਹਾਨੂੰ ਲੈ ਜਾਣ ਲਈ ਆਇਆ ਹਾਂ, ਫਿਰ ਤੁਹਾਡੀ ਆਤਮਾ ਖੁਦ ਹੀ ਸੁਖਧਾਮ ਚਲੀ ਜਾਵੇਗੀ। ਉੱਥੇ ਤੁਹਾਡਾ ਸਾਥੀ ਨਹੀਂ ਬਣਾਂਗਾ, ਆਪਣੀ ਅਵਸਥਾ ਅਨੁਸਾਰ ਤੁਹਾਡੀ ਆਤਮਾ ਜਾ ਕੇ ਦੂਸਰੇ ਸਰੀਰ ਵਿੱਚ ਮਨਾ ਗਰਭ ਵਿੱਚ ਪ੍ਰਵੇਸ਼ ਕਰੇਗੀ। ਦਿਖਾਉਂਦੇ ਹੈ ਸਾਗਰ ਵਿੱਚ ਪਿੱਪਲ ਦੇ ਪੱਤੇ 'ਤੇ ਸ਼੍ਰੀ ਕ੍ਰਿਸ਼ਨ ਆਇਆ। ਸਾਗਰ ਦੀ ਤਾਂ ਗੱਲ ਨਹੀਂ ਹੈ, ਗਰਭ ਵਿੱਚ ਬੜੇ ਆਰਾਮ ਨਾਲ ਰਹਿੰਦੇ ਹੈ। ਬਾਬਾ ਕਹਿੰਦੇ, ਮੈਂ ਗਰਭ ਵਿੱਚ ਨਹੀਂ ਆਉਂਦਾ ਹਾਂ, ਮੈਂ ਤਾਂ ਪ੍ਰਵੇਸ਼ ਕਰਦਾ ਹਾਂ। ਮੈਂ ਬੱਚਾ ਨਹੀਂ ਬਣਦਾ ਹਾਂ, ਮੇਰੇ ਬਦਲੇ ਸ਼੍ਰੀ ਕ੍ਰਿਸ਼ਨ ਨੂੰ ਬੱਚਾ ਸਮਝ ਕੇ ਦਿਲ ਬਹਿਲਾਉਂਦੇ ਹੈ। ਸਮਝਦੇ ਹੈ ਕ੍ਰਿਸ਼ਨ ਨੇ ਗਿਆਨ ਦਿੱਤਾ, ਇਸ ਲਈ ਉਸ ਨੂੰ ਬੜਾ ਪਿਆਰ ਕਰਦੇ ਹੈ। ਮੈਂ ਸਾਰਿਆਂ ਨੂੰ ਨਾਲ ਲੈ ਜਾਂਦਾ ਹਾਂ, ਫਿਰ ਤੁਹਾਨੂੰ ਭੇਜ ਦਿੰਦਾ ਹਾਂ। ਫਿਰ ਮੇਰਾ ਪਾਠ ਪੂਰਾ, ਆਧਾ ਕਲਪ ਕੋਈ ਪਾਠ ਨਹੀਂ ਹੈ। ਫਿਰ ਭਗਤੀ ਵੈ ਮਾਰਗ ਵਿੱਚ ਪਾਠ ਸ਼ੁਰੂ ਹੁੰਦਾ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਹੁਣ ਬੱਚਿਆਂ ਨੂੰ ਗਿਆਨ ਸਮਝਣਾ ਅਤੇ ਸਮਝਾਉਣਾ
ਤਾਂ ਸੌਖਾ ਹੈ, ਦੂਜਿਆਂ ਨੂੰ ਸੁਣਾਓਗੇ ਤਾਂ ਖੁਸ਼ੀ ਹੋਵੇਗੀ ਅਤੇ ਪਦ ਵੀ ਉੱਚਾ ਪਾ ਸਕਦੇ ਹੋ। ਇੱਥੇ ਬੈਠ ਸੁਣਦੇ ਹੋ ਤਾਂ ਚੰਗਾ ਲੱਗਦਾ ਹੈ, ਬਾਹਰ ਜਾਣ ਨਾਲ ਭੁੱਲ ਜਾਂਦੇ ਹੋ, ਜਿਵੇਂ ਜੇਲ੍ਹ ਵਰਡ ਹੁੰਦਾ ਹੈ, ਕੋਈ ਨਾ ਕੋਈ ਸ਼ਰਾਰਤ ਕਰਕੇ ਜੇਲ੍ਹ ਜਾਂਦੇ ਰਹਿੰਦੇ ਹੈ। ਤੁਹਾਡਾ ਵੀ ਇਹੋ ਹਾਲ ਹੁੰਦਾ ਹੈ, ਗਰਭ ਵਿੱਚ ਅਜਾਮ ਕਰਕੇ ਫਿਰ ਉੱਥੇ ਦੀ ਉੱਥੇ ਰਹੀ। ਇਹ ਸਭ ਗੱਲਾਂ ਬਣੀਆਂ ਹੈ ਜੋ ਮਨੁੱਖ ਕੋਈ ਈ ਪਾਪ ਨਾ ਕਰੇ, ਆਤਮਾ ਸੰਸਕਾਰ ਆਪਣੇ ਨਾਲ ਲੈ ਜਾਂਦੀ ਹੈ, ਤਾਂ ਕੋਈ ਛੋਟੇਪਨ ਵਿੱਚ ਹੀ ਪੰਡਿਤ ਬਣ ਜਾਂਦੇ ਹੈ। ਲੋਕ ਸਮਝਦੇ ਹੈ ਆਤਮਾ ਨਿਰਲੇਪ ਹੈ, ਪਰ ਆਤਮਾ ਨਿਰਲੇਪ ਨਹੀਂ ਹੈ, ਚੰਗੇ ਅਤੇ ਮਾੜੇ ਸੰਸਕਾਰ ਆਤਮਾ ਹੀ ਲੈ ਜਾਂਦੀ ਹੈ, ਫਿਰ ਹੀ ਕਰਮਾਂ ਦਾ ਭੋਗ ਹੁੰਦਾ ਹੈ। ਹੁਣ ਤੁਸੀਂ ਪਵਿੱਤਰ ਸੰਸਕਾਰ ਲੈ ਜਾਂਦੇ ਹੋ, ਤੁਸੀਂ ਪੜ੍ਹ ਕੇ ਫਿਰ ਪਦ ਪਾਉਂਦੇ ਹੋ। ਬਾਬਾ ਤਾਂ ਸਾਰੀ ਆਤਮਾ ਦੇ ਝੁੰਡ ਨੂੰ ਵਾਪਿਸ ਲੈ ਜਾਂਦੇ ਹੈ, ਬਾਕੀ ਥੋੜ੍ਹੇ ਰਹਿੰਦੇ ਹੈ, ਉਹ ਪਛਾੜੀ ਵਿੱਚ ਆਉਂਦੇ ਹੈ। ਰਹਿੰਦੇ ਵੀ ਉਹੀ ਹੈ ਜਿਨ੍ਹਾਂ ਨੇ ਪਛਾੜੀ ਵਿੱਚ ਆਉਣਾ ਹੈ, ਮਾਲਾ ਹੈ ਨਾ, ਨੰਬਰਵਾਰ ਬਣਦੇ ਜਾਂਦੇ ਹੈ, ਬਾਕੀ ਜੋ ਬਣਨਗੇ ਉਹੀ ਸਵਰਗ ਵਿੱਚ ਪਿੱਛੇ ਆਉਣਗੇ। ਬਾਬਾ ਕਿੰਨਾ ਚੰਗਾ ਸਮਝਾਉਂਦੇ ਹੈ, ਕਿਸੇ ਨੂੰ ਧਾਰਨਾ ਹੁੰਦੀ ਕਿਸੇ ਨੂੰ ਨਹੀਂ, ਅਵਸਥਾ ਇਵੇਂ ਦੀ ਹੁੰਦੀ ਹੈ ਤਾਂ ਪਦ ਵੀ ਇਵੇਂ ਦਾ ਹੀ ਮਿਲਦਾ ਹੈ। ਤੁਸੀਂ ਬੱਚਿਆਂ ਨੇ ਰਹਿਮ ਦਿਲ ਕਲਿਆਣਕਾਰੀ ਬਣਨਾ ਹੈ, ਡਰਾਮਾ ਹੀ ਇਵੇਂ ਦਾ ਬਣਿਆ ਹੋਇਆ ਹੈ, ਦੋਸ਼ ਕਿਸੇ ਨੂੰ ਦੇ ਨਹੀਂ ਸਕਦੇ ਹਾਂ। ਕਲਪ ਪਹਿਲੇ ਅਜਿਹੀ ਪੜ੍ਹਾਈ ਕੀਤੀ ਹੋਵੇਗੀ ਉਨੀ ਹੀ ਹੋਵੇਗੀ, ਜ਼ਿਆਦਾ ਨਹੀਂ ਹੋਵੇਗੀ। ਕਿੰਨਾ ਵੀ ਪੁਰਸ਼ਾਰਥ ਕਰੀਏ ਕੋਈ ਫਰਕ ਨਹੀਂ ਪਵੇਗਾ, ਫਰਕ ਫਿਰ ਪਵੇਗਾ ਜਦੋਂ ਕਿਸੇ ਨੂੰ ਸੁਣਾਓਗੇ। ਨੰਬਰਵਾਰ ਤਾਂ ਹੈ ਹੀ, ਕਿੱਥੇ ਰਾਵ ਅਤੇ ਕਿੱਥੇ ਰੰਕ, ਇਹ ਅਵਿਨਾਸ਼ੀ ਗਿਆਨ ਰਤਨ ਰਾਓ ਬਣਾਉਂਦੇ ਹੈ। ਜੇਕਰ ਪੁਰਸ਼ਾਰਥ ਨਹੀਂ ਕਰਦੇ ਤਾਂ ਰੰਕ ਬਣ ਜਾਂਦੇ ਹੈ। ਇਹ ਹੈ ਬੇਹਦ ਦਾ ਸਕੂਲ, ਇਸ ਵਿੱਚ ਫਸਟ ਸੈਕਿੰਡ ਥਰਡ ਹੈ। ਭਗਤੀ ਵਿੱਚ ਪੜ੍ਹਾਈ ਦੀ ਗੱਲ ਨਹੀਂ ਹੈ, ਉੱਥੇ ਉਤਰਨ ਦੀ ਗੱਲ ਹੈ। ਸ਼ੋਭਨਿਕ ਬੜਾ ਹੈ, ਝਾਂ ਚ ਬਜਾਉਂਦੇ ਸੁਸਤੀ ਕਰਦੇ, ਇੱਥੇ ਤਾਂ ਸਤੁਤੀ ਕਰਦੇ, ਇੱਥੇ ਤਾਂ ਸ਼ਾਂਤ ਰਹਿਣਾ ਹੈ, ਭਜਨਾਂ ਦੀ ਕੁਛ ਨਹੀਂ। ਤੁਸੀਂ ਆਧਾ ਕਲਪ ਭਗਤੀ ਕੀਤੀ ਹੈ, ਭਗਤੀ ਦਾ ਸ਼ੋਅ ਕਿੰਨਾ ਹੈ, ਸਭ ਤਾਂ ਆਪਣਾ ਆਪਣਾ ਪਾਰਟ ਹੈ, ਕੋਈ ਡਿੱਗਦਾ ਕੋਈ ਚੜ੍ਹਦਾ, ਕਿਸੇ ਦੀ ਤਕਦੀਰ ਚੰਗੀ ਕਿਸੇ ਦੀ ਘੱਟ। ਤਦਵੀਰ ਤਾਂ ਬਾਬਾ ਇੱਕ ਰਸ ਕਰਵਾਉਂਦੇ ਹੈ, ਪੜ੍ਹਾਈ ਵੀ ਇੱਕ ਰਸ ਹੈ, ਤਾਂ ਟੀਚਰ ਵੀ ਇੱਕ ਹੈ, ਬਾਕੀ ਸਭ ਹੈ ਮਾਸਟਰਸ। ਕੋਈ ਵੱਡਾ ਆਦਮੀ ਕਹੇ ਫੁਰਸਤ ਨਹੀਂ, ਬੋਲੋ ਘਰ ਵਿੱਚ ਆ ਕੇ ਪੜ੍ਹੀਏ, ਕਿਉਂਕਿ ਉਹਨਾਂ ਨੂੰ ਤਾਂ ਆਪਣਾ ਹੰਕਾਰ ਰਹਿੰਦਾ ਹੈ। ਇੱਕ ਨੂੰ ਹੱਥ ਕਰਨ ਨਾਲ ਦੂਜਿਆਂ 'ਤੇ ਵੀ ਅਸਰ ਪੈਂਦਾ ਹੈ, ਜੇਕਰ ਉਹ ਵੀ ਕਹਿਣ ਕਿ ਇਹ ਗਿਆਨ ਚੰਗਾ ਹੈ ਤਾਂ ਕਹਿਣਗੇ ਇਹਨਾਂ ਨੂੰ ਬ੍ਰਹਮਾ ਕੁਮਾਰੀਆਂ ਦਾ ਸੰਗ ਲੱਗ ਪਿਆ ਹੈ। ਇਸ ਲਈ ਸਿਰਫ ਚੰਗਾ ਕਹਿ ਦਿੰਦੇ ਹੈ, ਬੱਚਿਆਂ ਵਿੱਚ ਯੋਗ ਦੀ ਪਾਵਰ ਚੰਗੀ ਚਾਹੀਦੀ ਹੈ, ਗਿਆਨ ਤਲਵਾਰ ਵਿੱਚ ਯੋਗ ਦਾ ਜੌਹਰ ਚਾਹੀਦਾ ਹੈ। ਖੁਸ਼ ਮਿਜ਼ਾਜ ਅਤੇ ਯੋਗੀ ਹੋਵੇਗਾ ਤਾਂ ਨਾਮ ਕੱਢਣਗੇ। ਨੰਬਰਵਾਰ ਤਾਂ ਹੈ ਨਾ, ਰਾਜਧਾਨੀ ਬਣਨੀ ਹੈ ਬਾਪ ਕਹਿੰਦੇ, ਧਾਰਨਾ ਤਾਂ ਬੜੀ ਸੌਖੀ ਹੈ। ਬਾਬਾ ਨੂੰ ਜਿੰਨਾ ਯਾਦ ਕਰੋਗੇ ਉਨਾ ਪਿਆਰ ਰਹੇਗਾ, ਕਸ਼ਿਸ਼ ਹੋਵੇਗੀ। ਸੂਈ ਸਾਫ਼ ਹੈ ਤਾਂ ਚੁੰਬਕ ਵੱਲ ਖਿੱਚਦੀ ਹੈ, ਕੱਟ ਹੋਵੇਗੀ ਤਾਂ ਖਿੱਚੇਗੀ ਨਹੀਂ। ਇਹ ਵੀ ਇਵੇਂ ਹੈ, ਤੁਸੀਂ ਸਾਫ਼ ਹੋ ਜਾਂਦੇ ਹੋ ਤਾਂ ਪਹਿਲੇ ਨੰਬਰ ਵਿੱਚ ਚਲੇ ਜਾਂਦੇ ਹੋ। ਬਾਪ ਦੀ ਯਾਦ ਨਾਲ ਕੱਟ ਨਿਕਲੇਗੀ, ਗਾਇਨ ਹੈ ਬਲਿਹਾਰੀ ਗੁਰੂ ਤੁਹਾਡੀ। ਇਸ ਲਈ ਕਹਿੰਦੇ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਉਹ ਸਗਾਈ ਕਰਵਾਉਣ ਵਾਲਾ ਗੁਰੂ ਮਨੁੱਖ ਹੈ। ਤੁਸੀਂ ਸਗਾਈ ਸ਼ਿਵ ਦੇ ਨਾਲ ਕੀਤੀ ਹੈ, ਨਾ ਕਿ ਬ੍ਰਹਮਾ ਦੇ ਨਾਲ, ਤਾਂ ਯਾਦ ਵੀ ਸ਼ਿਵ ਨੂੰ ਹੀ ਕਰਨਾ ਹੈ, ਦਲਾਲ ਦੇ ਚਿੱਤਰ ਦੀ ਲੋੜ ਨਹੀਂ ਹੈ। ਸਗਾਈ ਪੱਕੀ ਹੋ ਗਈ ਤਾਂ ਫਿਰ ਇੱਕ ਦੋ ਨੂੰ ਯਾਦ ਕਰਦੇ ਰਹਿੰਦੇ ਹੈ,
ਤਾਂ ਇਹਨਾਂ ਨੂੰ ਵੀ ਦਲਾਲੀ ਮਿਲ ਜਾਂਦੀ ਹੈ, ਸਗਾਈ ਦਾ ਵੀ ਮਿਲਦਾ ਹੈ ਨਾ। ਦੂਜਾ ਫਿਰ ਇਸ ਵਿੱਚ ਪ੍ਰਵੇਸ਼ ਕਰਦੇ ਹੈ, ਲੋਨ ਲੈਂਦੇ ਹੈ ਤਾਂ ਉਹ ਵੀ ਕੋਸ਼ਿਸ਼ ਕਰਦੇ ਹੈ, ਫਿਰ ਬੱਚਿਆਂ ਨੂੰ ਵੀ ਸਮਝਾਉਂਦੇ ਹੈ ਕਿ ਜਿੰਨਾ ਤੁਸੀਂ ਬਹੁਤਿਆਂ ਦਾ ਕਲਿਆਣ ਕਰੋਗੇ ਉਨਾ ਤੁਹਾਨੂੰ ਅਜੂਰਾ ਮਿਲੇਗਾ। ਇਹ ਹੈ ਗਿਆਨ ਦੀਆਂ ਗੱਲਾਂ। ਦੂਜਿਆਂ ਨੂੰ ਗਿਆਨ ਦਿੰਦੇ ਰਹੋ ਤਾਂ ਆਸ਼ੀਰਵਾਦ ਮਿਲ ਜਾਂਦੀ ਹੈ, ਪੈਸੇ ਦੀ ਲੋੜ ਨਹੀਂ ਹੈ। ਮੰਮਾ ਕੋਲ ਤਾਂ ਨਹੀਂ ਸੀ ਪਰ ਬਹੁਤਿਆਂ ਦਾ ਕਲਿਆਣ ਕੀਤਾ। ਡਰਾਮੇ ਵਿੱਚ ਹਰੇਕ ਦਾ ਪਾਰਟ ਹੈ, ਕੋਈ ਧਨਵਾਨ ਧਨ ਦਿੰਦਾ ਹੈ, ਮਿਊਜ਼ੀਅਮ ਬਣਾਉਂਦੇ ਹੈ ਤਾਂ ਬਹੁਤਿਆਂ ਦੀ ਆਸ਼ੀਰਵਾਦ ਮਿਲ ਜਾਂਦੀ ਹੈ, ਚੰਗਾ ਸਾਹੂਕਾਰ ਦਾ ਪਦ ਮਿਲ ਜਾਂਦਾ ਹੈ। ਸਾਹੂਕਾਰ ਦੇ ਕੋਲ ਦਾਸ ਦਾਸੀਆਂ ਬਹੁਤ ਹੁੰਦੀਆਂ ਹੈ, ਪ੍ਰਜਾ ਵਿੱਚ ਸਾਹੂਕਾਰਾਂ ਕੋਲ ਬੜਾ ਧਨ ਹੁੰਦਾ ਹੈ, ਫਿਰ ਉਹਨਾਂ ਕੋਲੋਂ ਲੋਨ ਲੈਂਦੇ ਹੈ। ਸਾਹੂਕਾਰ ਬਣਨਾ ਵੀ ਚੰਗਾ ਹੈ, ਉਹ ਵੀ ਗਰੀਬ ਹੀ ਸਾਹੂਕਾਰ ਬਣਦੇ ਹੈ, ਬਾਕੀ ਸਾਹੂਕਾਰਾਂ ਵਿੱਚ ਹਿੰਮਤ ਕਿੱਥੋਂ। ਇਸ ਬ੍ਰਹਮਾ ਨੇ ਫੱਟ ਨਾਲ ਸਭ ਕੁਛ ਦੇ ਦਿੱਤਾ। ਕਹਿੰਦੇ ਹੈ ਹੱਥ ਜਿਨ੍ਹਾਂ ਦਾ ਇਵੇਂ ਦੇਣ ਵਾਲਾ ਮਨਾ, ਬਾਬਾ ਨੇ ਪ੍ਰਵੇਸ਼ ਕੀਤਾ ਤਾਂ ਸਭ ਕੁਛ ਛੁਡਾ ਦਿੱਤਾ। ਕਰਾਚੀ ਵਿੱਚ ਤੁਸੀਂ ਕਿਵੇਂ ਰਹੇ ਸੀ? ਵੱਡੇ ਵੱਡੇ ਮਕਾਨ, ਮੋਟਰਾਂ, ਬੱਸ ਆਦਿ ਸਭ ਕੁਛ ਸੀ। ਹੁਣ ਬਾਪ ਕਹਿੰਦੇ ਹੈ ਆਤਮ ਅਭਿਮਾਨੀ ਬਣੋ, ਕਿੰਨਾ ਨਸ਼ਾ ਚੜ੍ਹਨਾ ਚਾਹੀਦਾ ਹੈ। ਭਗਵਾਨ ਸਾਨੂੰ ਪੜ੍ਹਾਉਂਦੇ ਹੈ, ਬਾਪ ਤੁਹਾਨੂੰ ਅਥਾਹ ਖਜ਼ਾਨਾ ਦਿੰਦੇ ਹੈ, ਤੁਸੀਂ ਤਾੜਨਾ ਨਹੀਂ ਕਰਦੇ ਹੈ, ਲੈਣ ਦਮ ਨਹੀਂ ਹੈ, ਸ਼੍ਰੀਮਤ 'ਤੇ ਨਹੀਂ ਚੱਲਦੇ ਹੈ। ਬਾਪ ਕਹਿੰਦੇ ਹੈ ਬੱਚੇ ਆਪਣੀ ਝੋਲੀ ਭਰ ਲਓ। ਹੁਣ ਲੋਕ ਸ਼ੰਕਰ ਦੇ ਅੱਗੇ ਜਾ ਕੇ ਕਹਿੰਦੇ ਹੈ ਝੋਲੀ ਭਰਨ ਭਰ ਦਿਓ। ਬਾਬਾ ਇੱਥੇ ਬਹੁਤਿਆਂ ਦੀ ਝੋਲੀ ਭਰਦੇ ਹੈ, ਬਾਹਰ ਜਾਣ ਨਾਲ ਖਾਲੀ ਹੋ ਜਾਂਦੀ ਹੈ। ਬਾਪ ਕਹਿੰਦੇ ਮੈਂ ਤੁਹਾਨੂੰ ਬੜਾ ਭਾਰੀ ਖਜ਼ਾਨਾ ਦਿੱਤਾ ਹਾਂ, ਗਿਆਨ ਰਤਨਾਂ ਨਾਲ ਝੋਲੀ ਭਰ ਭਰ ਕੇ ਦਿੰਦਾ ਹਾਂ, ਫਿਰ ਵੀ ਨੰਬਰਵਾਰ ਹੈ ਜੋ ਆਪਣੀ ਝੋਲੀ ਭਰਦੇ ਹੈ, ਉਹ ਫਿਰ ਵੀ ਦਾਨ ਵੀ ਕਰਦੇ ਹੈ, ਸਭ ਨੂੰ ਪਿਆਰੇ ਲੱਗਦੇ ਹੈ। ਹੋਵੇਗਾ ਨਹੀਂ ਤਾਂ ਦੇਣਗੇ ਕਿ ਤੁਸੀਂ 84 ਦੇ ਚੱਕਰ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਸਮਝਾਉਣਾ ਹੈ, ਬਾਕੀ ਮਿਹਨਤ ਹੈ ਗਿਆਨ ਅਤੇ ਯੋਗ ਦੀ। ਹੁਣ ਤੁਸੀਂ ਯੁੱਧ ਦੇ ਮੈਦਾਨ ਵਿੱਚ ਹੋ, ਮਾਇਆ 'ਤੇ ਜਿੱਤ ਪਾਉਣ ਦੇ ਲਈ ਲੜਦੇ ਹੋ, ਨਾ ਪਾਸ ਹੋਏ ਤਾਂ ਚੰਦਰਵੰਸ਼ੀ ਵਿੱਚ ਚਲੇ ਜਾਓਗੇ। ਇਹ ਸਮਝਣ ਦੀ ਗੱਲ ਹੈ, ਬੱਚਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਬਾਬਾ ਤੁਸੀਂ ਕਿੰਨਾ ਵਰਸਾ ਦਿੰਦੇ ਹੋ, ਉੱਠਦੇ ਬੈਠਦੇ ਸਾਰਾ ਦਿਨ ਇਹ ਬੁੱਧੀ ਵਿੱਚ ਰਹੇ, ਫਿਰ ਧਾਰਨਾ ਹੋ ਸਕੇ। ਯੋਗ ਹੈ ਮੁੱਖ, ਯੋਗ ਨਾਲ ਹੀ ਤੁਸੀਂ ਵਿਸ਼ਵ ਨੂੰ ਪਵਿੱਤਰ ਬਣਾਉਂਦੇ ਹੈ, ਨੌਲੇਜ ਅਨੁਸਾਰ ਤੁਸੀਂ ਰਾਜ ਕਰਦੇ ਹੋ। ਇਹ ਪੈਸਾ ਆਦਿ ਤਾਂ ਮਿੱਟੀ ਵਿੱਚ ਮਿਲ ਜਾਣ ਵਾਲਾ ਹੈ, ਬਾਕੀ ਇਹ ਅਵਿਨਾਸ਼ੀ ਕਮਾਈ ਤਾਂ ਸਭ ਨਾਲ ਜਾਵੇਗੀ। ਜਿਹੜੇ ਸੈਂਸੀ ਵੱਲ ਹੋਣਗੇ ਉਹ ਕਹਿਣਗੇ ਅਸੀਂ ਬਾਬਾ ਤੋਂ ਪੂਰਾ ਹੀ ਵਰਸਾ ਲਵਾਂਗੇ, ਤਕਦੀਰ ਵਿੱਚ ਨਹੀਂ ਤਾਂ ਪਾਈ ਪੈਸੇ ਦਾ ਪਦ ਪਾਣਗੇ। ਅੱਛਾ, ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਆਪਣੀ ਪੜ੍ਹਾਈ ਅਤੇ ਦੈਵੀ ਗੁਣ ਦਾ ਰਜਿਸਟਰ ਠੀਕ ਰੱਖਣਾ ਹੈ, ਬਹੁਤ ਬਹੁਤ ਮਿੱਠਾ ਬਣਨਾ ਹੈ। ਅਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹਾਂ, ਇਸ ਨਸ਼ੇ ਵਿੱਚ ਰਹਿਣਾ ਹੈ। ਨੰਬਰ 2, ਸਭ ਦਾ ਪਿਆਰ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਗਿਆਨ ਰਤਨਾਂ ਨਾਲ ਆਪਣੀ ਝੋਲੀ ਭਰ ਕੇ ਦਾਨ ਕਰਨਾ ਹੈ, ਬਹੁਤਿਆਂ ਦੇ ਕਲਿਆਣ ਦੇ ਨਮਿਤ ਬਣਨਾ ਹੈ। ਵਰਦਾਨ ਹੈ ਅੱਜ ਦਾ, ਹਰ ਕਰਮ ਵਿੱਚ ਬਾਪ ਦੇ ਨਾਲ ਵੱਖ ਵੱਖ ਸੰਬੰਧਾਂ ਨਾਲ ਸਮ੍ਰਿਤੀ ਸਵਰੂਪ ਬਣਨ ਵਾਲੇ ਸ੍ਰੇਸ਼ਠ ਭਾਗਯਵਾਨ ਭਵ। ਹਰ ਕਰਮ ਵਿੱਚ ਬਾਪ ਦੇ ਨਾਲ ਵੱਖ ਵੱਖ ਸੰਬੰਧਾਂ ਨਾਲ ਸਮ੍ਰਿਤੀ ਸਵਰੂਪ ਬਣਨ ਵਾਲੇ ਸ੍ਰੇਸ਼ਠ ਭਾਗਯਵਾਨ ਭਵ।
ਅੱਜ ਬਾਬਾ ਆਖਦੇ ਨੇ ਸਾਰੇ ਦਿਨ ਅਤੇ ਹਰ ਕਰਮ ਵਿੱਚ ਕਰਦੇ ਭਗਵਾਨ ਦੇ ਸਖਾ ਜਾਂ ਸਖੀ ਰੂਪ ਵਿੱਚ, ਕਦੇ ਜੀਵਨ ਸਾਥੀ ਰੂਪ ਵਿੱਚ, ਕਦੇ ਮੂਰਬੀ ਬੱਚੇ ਦੇ ਰੂਪ ਵਿੱਚ, ਕਦੇ ਇਹ ਦਿਲ ਸਿਕਸ਼ਤ ਹੁੰਦੇ ਹੈ ਤਾਂ ਸਰਵ ਸ਼ਕਤੀ ਮਾਨ ਸਵਰੂਪ ਨਾਲ, ਮਾਸਟਰ ਸਰਵ ਸ਼ਕਤੀਮਾਨ ਦੇ ਸਮ੍ਰਿਤੀ ਸਵਰੂਪ ਨੂੰ ਇਮਰਜ ਕਰੋ ਤਾਂ ਦਿਲ ਖੁਸ਼ ਹੋ ਜਾਵੇਗਾ ਅਤੇ ਬਾਪ ਦੇ ਸਾਥ ਦਾ ਖੁਦ ਹੀ ਅਨੁਭਵ ਕਰੋਗੇ। ਫਿਰ ਇਹ ਬ੍ਰਾਹਮਣ ਜੀਵਨ ਸਦਾ ਅਮੁੱਲਿਆ ਸ੍ਰੇਸ਼ਟ ਭਾਗਿਆਵਾਨ ਅਨੁਭਵ ਹੁੰਦੀ ਰਹੇਗੀ। ਸਲੋਗਨ ਅੱਜ ਦਾ, ਬ੍ਰਹਮਾ ਬਾਪ ਸਮਾਨ ਬਣਨਾ ਮਤਲਬ ਸੰਪੂਰਨਤਾ ਦੀ ਮੰਜ਼ਿਲ 'ਤੇ ਪਹੁੰਚਣਾ। ਬ੍ਰਹਮਾ ਬਾਪ ਸਮਾਨ ਬਣਨਾ ਮਤਲਬ ਸੰਪੂਰਨਤਾ ਦੀ ਮੰਜ਼ਿਲ 'ਤੇ ਪਹੁੰਚਣਾ। ਅੱਛਾ, ਓਮ ਸ਼ਾਂਤੀ।